ਉਹਨਾਂ ਦਾ ਬਾਪ ਗੁਜ਼ਰ ਗਿਆ ਸੀ। ਵੀ ਲੱਤਾਂ ਦਾ ਨਹੀਂ ਭਾਰ ਨਹੀਂ ਪਾ ਸਕਦੀ, ਏਦਾਂ ਵਾ ਲੱਕ ਹੀ ਸੁੜ ਛੱਡਦੀ, ਲੱਕ ਹੀ ਸੁੜ ਛੱਡਦੀ। ਵਿਚਾਰੀ ਦਾ ਇਲਾਜ ਹੋ ਜੇ, ਸਾਡੇ ਕੁੱਲੇ 'ਤੇ ਕਿਤੇ ਛੱਤ ਪੈ ਜੇ ਜਦੋਂ ਚੋਂਦਾ ਕਿ ਨਹੀਂ ਗਾ, ਉਦੋਂ ਸਾਨੂੰ ਬੜੀ ਪਰੇਸ਼ਾਨੀ ਹੁੰਦੀ। ਦਲਜੀਤ ਵੀਰ ਨੇ ਬਹੁਤ ਮਦਦ ਕੀਤੀ ਸਾਨੂੰ, ਸਾਰਾ ਸੌਦਾ ਦਿਨ ਦੇ ਕੇ ਗਏ। ਦੋਟੀ ਆ ਮੈਂ ਜਮਾਨੀ ਲੱਗਦੀ। ਕਿੰਨੀ ਦੇਰ ਤੋਂ ਇਹਨੂੰ ਕੀ ਹੋਇਆ? ਇਹਨੂੰ ਬਚਪਨ ਤੋਂ ਹੀ ਇਹ ਜਨਮ ਲੈਂਦਿਆਂ ਸਾਰੀ ਪਿਆਰੀ ਨੂੰ ਉਦੋਂ ਤਾਂਦੇ ਸੀ ਵੀ ਇਹਨੇ ਚੱਜ ਦਾ ਇਲਾਜ ਕਰਾਇਆ, ਪੱਟੀਆਂ ਪੁੱਟੀਆਂ ਕਰਾਉਂਦੇ ਰਹਿਣਾ। ਇਹ ਸਾਰੀ ਕਰੀ ਨਾਈ ਅੰਬਰਸਰੋਂ ਵੀ ਕਰਾਉਂਦੀ ਸੀ, ਇੱਧਰ ਜਲੰਧਰ ਵਾਲੀ ਵੀ ਫੜਦੇ ਰਹੇ ਸੀ। ਅਤੇ ਇਹਦਾ ਨਹੀਂ ਸੀ ਵਿਚਾਰੀ ਦਾ ਕੋਈ ਨਹੀਂ ਗੱਲ ਬਣੀ। ਅਤੇ ਹੁਣ ਇਹਦਾ ਪੋਲਗਾ ਪੋਲਗਾ ਉਦੋਂ ਆਖੀ ਜਾਂਦੇ ਸੀ, ਪੋਲਗਾ ਨਹੀਂ ਆ ਇਹਨੂੰ ਤਾਂ ਕੋਈ ਕੀਤਾ, ਲੱਤਾਂ ਦਾ ਕੋਈ ਨੁਕਸਾ, ਲੱਤਾਂ ਨਹੀਂ ਇਹ ਖਲੋ ਸਕਦੀ, ਜਿੱਦਾਂ ਲੱਕ ਜਿੱਦਾਂ ਸੁੱਟ ਛੱਡਦੀ ਹੈ ਵੀ ਲੱਤਾਂ ਦਾ ਨਹੀਂ ਇਹ ਭਾਰ ਨਹੀਂ ਪਾ ਸਕਦੀ, ਏਦਾਂ ਵਾ ਲੱਕ ਹੀ ਸੁੜ ਛੱਡਦੀ, ਲੱਕ ਹੀ ਸੁੜ ਛੱਡਦੀ। ਕਿੰਨੇ ਬੱਚੇ? ਕਿੰਨੇ ਦੇ ਬੱਚੇ ਵੀਰਾ? ਦੋ ਕਾਕੇ, ਦੋ ਰੱਬ ਕਰ ਦੇ ਗੁੱਡੀਆਂ ਤਿੰਨ ਆ, ਅਤੇ ਤਿੰਨੇ ਵਿਆਹ ਤੇ ਨਾ ਛੋਟੀ ਗੁੱਡੀ ਆ ਜਿਹੜੀ ਅੱਜ ਆਈ ਹੈ, ਗੁੱਡੀਆਂ ਤਿੰਨੇ ਮੈਂ ਵਿਆਹ ਤੇ ਨੇ। ਇਹਦੀ ਮਾਤਾ? ਇਹਦੀ ਮਾਤਾ ਉਹਨਾਂ ਦਾ ਬਾਪ ਗੁਜ਼ਰ ਗਿਆ ਸੀ ਅਤੇ ਮੈਂ ਦੂਜੇ ਥਾਂ ਭਾਲੀ ਸੀ ਅਤੇ ਹਰਿਆਣੇ 'ਚ ਆ, ਉਹ ਹਰਿਆਣੇ। ਹੁਣ ਕੀ ਮੰਗ ਕਰਦੇ? ਮੰਗ ਕਰਦੇ ਆ ਇਹਨਾਂ ਦਾ ਵਿਚਾਰੀ ਦਾ ਇਲਾਜ ਹੋ ਜੇ, ਅਤੇ ਸਾਡੇ ਕੁੱਲੇ 'ਤੇ ਕਿਤੇ ਛੱਤ ਪੈ ਜੇ ਜਦੋਂ ਚੋਂਦਾ ਕਿ ਨਹੀਂ ਗਾ, ਉਦੋਂ ਸਾਨੂੰ ਬੜੀ ਪਰੇਸ਼ਾਨੀ ਹੁੰਦੀ। ਜਦੋਂ ਮੀਂਹ ਆਉਂਦਾ ਪਾਣੀ ਵੀ ਜਾਂਦਾ ਸਾਡੇ ਅੰਦਰਾਂ, ਸਾਡੇ ਅੰਦਰਾਂ 'ਚ ਪਾਣੀ। ਇਹਦੇ ਵਾਸਤੇ ਕੀ ਮੰਗਦੇ? ਇਹਦੇ ਵਾਸਤੇ ਅਸੀਂ ਚਾਹੁੰਦੇ ਹਾਂ ਤੁਹਾਡੇ ਗਾੜੀ ਹੱਥ ਜੋੜਦੇ ਵੀ ਇਹਦਾ ਇਲਾਜ ਹੋ ਜੇ। ਡਾਕਟਰਾਂ ਨੇ ਕਿਹਾ ਇਲਾਜ ਹੈਗਾ? ਡਾਕਟਰਾਂ ਨੇ ਸਾਡੇ ਕੋਲ ਦੂਰ ਤੱਕ ਤਾਂ ਉੱਪੜਿਆ ਨਹੀਂ ਗਿਆ, ਅਤੇ ਛੋਟੇ ਹਸਪਤਾਲਾਂ 'ਚ ਖੜਦੇ ਰਹੇ ਸਾਂ, ਅਤੇ ਇਹ ਉਦੋਂ ਜਿੰਨਾ ਕੁ ਹੈਗਾ ਸੀ ਮੁੜ ਕੇ ਉਹਨਾਂ ਦੀ ਲੱਤ ਦੁਬਾਰਾ ਟੁੱਟ ਗਈ, ਅਤੇ ਉਹਨਾਂ ਕੋਲ ਹੁਣ ਉਹਨੂੰ 5 ਸਾਲ ਹੋ ਗਏ ਮੰਜੀ 'ਤੇ ਬੈਠੇ ਨੇ, ਅਤੇ ਹੁਣ ਆਪ ਹੀ ਮੈਂ ਕਰਕੇ ਲਿਆਉਣੀ ਮਿਹਨਤ, ਅਤੇ ਫਿਰ ਆਈ ਗੁਜ਼ਾਰਾ। ਕਿੰਨੇ ਪੈਸੇ ਗੁਜ਼ਾਰਾ? ਕੰਮ ਕਰਨ ਜਾਈਦਾ, ਕਦੀ 150 ਵੀ ਬਣ ਗਿਆ, ਕਦੀ 100 ਵੀ ਬਣ ਗਿਆ ਕਿਸੇ ਦੇ ਘਰਾਂ 'ਚ, ਇੱਦਾਂ ਹੀ ਆ ਗੁਜ਼ਾਰਾ, ਇੱਦਾਂ ਹੀ ਮਿਹਨਤ ਕਰਦੇ ਹਾਂ। ਮਾੜਾ ਤੁਹਾਡੀ ਮਦਦ ਕੌਣ ਕਰ ਲਿਆ? ਦਲਜੀਤ ਵੀਰ ਨੇ ਬਹੁਤ ਮਦਦ ਕੀਤੀ ਸਾਨੂੰ, ਸਾਰਾ ਸੌਦਾ ਉਸ ਦਿਨ ਦੇ ਕੇ ਗਏ ਆ, ਉਸ ਦਿਨ ਸਾਨੂੰ ਸਾਰਾ ਸੌਦਾ ਦੇ ਕੇ ਗਏ ਆ। ਚਲੋ ਮਾਲਕ ਇਹਨੂੰ ਇਹਨੂੰ ਵੀ ਜ਼ਿਆਦਾ ਦੇਵੇ, ਸਾਡੀ ਇਹਨੇ ਬੜੀ ਮਦਦ ਕੀਤੀ ਉਸ ਦਿਨ। ਇਹ ਸਾਡੀ ਦੋਹਤੀ ਲੱਗਦੀ ਹੈ ਜੀ। ਕੀ ਹੋਇਆ ਇਹਨੂੰ? ਇੱਦਾਂ ਹੀ ਪਹਿਲੋਂ ਨਿੱਕੀ ਹੁੰਦੀ ਤਾਂ ਉਦੋਂ ਨਹੀਂ ਗਾ, ਪਹਿਲੋਂ ਕਹਿੰਦੇ ਕੁਛ, ਅਤੇ ਬਾਅਦ 'ਚ ਇਹਨੂੰ ਜਦੋਂ ਬਹਿਣ ਖਲੋਣ ਲੱਗੀ ਉਦੋਂ ਇਹਨੂੰ ਜਾਪਿਆ ਗਾ, ਉਦੋਂ ਇਹਨੂੰ ਲੱਗਾ ਗਾ ਵੀ ਇਹਨੂੰ ਭੋਗਲੀਆ ਪਾਲੀਆ ਹੋ ਗਿਆ ਇਹਨੂੰ, ਕਿਤੇ ਬਾਅਦ 'ਚ ਹੋ ਗਿਆ ਇਹਨੂੰ। ਕਿੰਨੀ ਉਮਰ 'ਚ ਹੋਇਆ? ਇਹ ਉਦੋਂ ਸਾਲ ਕੁ ਦੇ ਵਿੱਚ ਬਾਅਦ ਹੋਇਆ, 6 ਮਹੀਨਿਆਂ ਤੋਂ ਬਾਅਦ 'ਚ। ਅੱਛਾ। ਹਾਂ, 6 ਮਹੀਨਿਆਂ 'ਚ ਬਹਿਣ ਲੱਗੀ ਸੀਗੀ, ਅਤੇ ਬਹਿਣ ਲੱਗੀ ਤਾਂ ਪਤਾ ਲੱਗਿਆ ਇਹਦਾ। ਹੁਣ ਇਹਦੀ ਉਮਰ ਕਿੰਨੀ? ਹੁਣ ਇਹਦੀ 15-16 ਸਾਲ ਹੋ ਗਈ ਹੈ ਜੀ। ਅਤੇ ਕਦੋਂ ਦੀ ਤੁਹਾਡੇ ਕੋਲ ਹੈ? ਉਦੋਂ ਦੀ ਸੜਕੋਂ 'ਤੇ ਸਾਲ ਕਦੀ ਹੋਈ ਤਾਂ ਸੜਕੋਂ ਤੋਂ ਉਹਦੀ ਸੜਕ ਕੋਲ ਆ ਗਈ। ਉਹ ਵੀ ਉਦੋਂ ਇਹਦਾ ਜਿਹੜਾ ਹੈਗਾ ਉਹ ਵੀ ਝੱਲਾ ਮੱਠਾ ਹੈਗਾ, ਤਾਂ ਪਿਓ ਜਿਹੜਾ ਉਹ ਵੀ ਸਾਡੇ ਕੋਈ ਨਿਆਣੇ ਜ਼ਿਆਦਾ ਫਿਰ ਕੋਈ ਰਹਿੰਦੇ ਹੈਗੇ ਇੱਥੇ ਹੀ, ਉਹ ਫਿਰ ਮੁੜ ਕੇ ਬਾਅਦ 'ਚ ਉਹਦੀ ਡੈਥ ਹੋ ਗਈ, ਫਿਰ ਮੈਂ ਗੁੱਡੀ ਫਿਰ ਘਰ ਆ ਗਈ, ਮੇਰੀ ਲੈਣ ਦੀ ਘਰ ਆ ਗਈ, ਅਤੇ ਫਿਰ ਮੁੜ ਕੇ ਦੂਜੇ ਥਾਂ ਕਰ ਦਿੱਤਾ ਸੀ, ਉਹਦਾ ਬਹਾਲ ਦਿੱਤੀ ਆ, ਉਹ ਚਲੋ ਉੱਥੇ ਆਪਣੀ ਹੁਣ ਸੁਖੀ ਆ। ਇਹਨੂੰ ਨਹੀਂ, ਨਿੱਕਾ ਮੁੰਡਾ ਖੜਿਆ ਨਾਲ, ਉਹਦੇ ਛੋਟਾ ਮੁੰਡਾ ਲੈ ਗਈ ਨਾਲ, ਅਤੇ ਇਹਨੂੰ ਇੱਥੇ ਸੜਕ ਛੱਡ ਗਈ। ਪਾਲਣ ਪੋਸ਼ਣ ਕਿਵੇਂ? ਪਾਲਣ ਪੋਸ਼ਣ ਅਸੀਂ ਕਰਨ ਡੇ, ਅਸੀਂ ਹੁਣ ਪਾਲ ਪੁਲੋਸਣ ਅਸੀਂ ਤਾਂ ਕਰਨ ਡੇ, ਹੁਣ ਘਰ ਦੀ ਮੇਰੀ ਆ, ਉਹ ਜਾਂਦੀ ਆ ਕੰਮ ਨੂੰ ਬਾਹਰ ਥੋੜ੍ਹਾ ਬਾਲਾ, ਅਤੇ ਉਹ ਲਿਆਉਂਦੀ ਆ।
ਸਾਡਾ ਕੰਮ ਕਰਨ ਦਾ ਨਾ ਕਾਰਨ ਜਿਹੜਾ ਮੇਰੇ ਲੱਤਾਂ ਚੂਲਿਆਂ 'ਤੇ ਮੇਰੀ ਉਹ ਵੀ ਮੈਂ ਕੰਮ ਕਰਦਾ ਹੈਗਾ ਜਾਂ ਮੰਡੀ 'ਚ ਕੰਮ ਕਰਦਾ ਸੀ। ਮੰਡੀ 'ਚ ਕੰਮ ਕਰਦੇ ਤਾਂ ਮੇਰੇ ਉੱਤੋਂ ਦੱਬ ਜੀ ਆ ਗਈ ਅਤੇ ਲੱਕ ਨੂੰ ਉੱਤੋਂ ਦੱਬ ਆ ਗਈ ਆ। ਉਹ ਮੁੜ ਕੇ ਮੇਰੇ ਕੋਲ ਨਹੀਂ ਇੰਨਾ ਇਲਾਜ ਕਰਾਇਆ ਗਿਆ ਅਤੇ ਮੈਂ ਵੀ ਇਲਾਜ ਹੁਣ ਮੈਂ ਵੀ ਬੈਠਾ ਹੈ। ਇਲਾਜ ਮੇਰੇ ਕੋਲ ਮੇਰਾ ਵੀ ਇਲਾਜ ਹੁੰਦਾ, ਮੈਂ ਵੀ ਠੀਕ ਹਾਂ। ਨਜ਼ਾਰਾ ਇੱਦਾਂ ਹੀ ਉਹ ਲਿਆਉਂਦੀ ਆ ਅਤੇ ਇੱਦਾਂ ਹੀ ਸਰਦਾ ਮਾੜਾ ਮੋਟਾ ਚੱਲਦਾ ਰਹਿੰਦਾ। ਕੋਈ ਛੋਟੀ ਗੁੱਡੀ ਆ ਮੇਰੀ, ਉਹ ਮੈਨੂੰ ਬਾਬਾ ਸਾਨੂੰ ਆਸਰਾ ਦਿੰਦੀ ਆ ਜੀ। ਦਾਣਾ ਫੱਕਾ ਉਹ ਲੱਗ ਗਿਆ ਅਤੇ ਮੋਹ ਵਾਲਿਆ ਜੀ, ਹਾਂਜੀ ਉਹ ਦਾਣਾ ਫੱਕਾ ਉਹ ਦਿੰਦੀ ਆ ਜੀ। ਮੰਗ ਅਸੀਂ ਇਹ ਹੀ ਕਰਦੇ ਹਾਂ ਵੀ ਚਲੋ ਇੱਕ ਤਾਂ ਮੇਰਾ ਵੀ ਜੇ ਇਲਾਜ ਕਰਾ ਸਕਿਆ ਤਾਂ ਬੜੀ ਬਿਹਤਰ ਆ। ਮੰਗ ਕੰਮ ਕਰਨ ਵਾਲਾ ਜੇ ਹੈਗਾ ਵਾ, ਅਜੇ ਕੰਮ ਕਰਨ ਨੂੰ ਮੈਂ ਕੰਮ ਚੰਗਾ ਭਲਾਵਾਂ ਜੀ। ਅਜੇ ਮੇਰੀ 60 ਸਾਲ ਦੀ ਉਮਰ ਅਜੇ ਨਹੀਂ ਹੋਈ, ਘੱਟ ਤੋਂ ਘੱਟ ਵਾ ਸਾਲ ਕਾ, ਅਤੇ ਮੈਂ ਕੰਮ ਕਰਨ ਵਾਲਾ ਜੇ ਹੈਗਾ ਮੈਂ ਠੀਕ ਠਾਕ ਵਾਂ। ਜੇ ਮੇਰਾ ਇਲਾਜ ਹੋਈ ਤਾਂ ਮੈਂ ਵੀ ਠੀਕ ਹਾਂ ਜੀ। ਬੱਚੀ ਆ ਅਤੇ ਜੇ ਇਲਾਜ ਹੋ ਜਾਵੇ ਤਾਂ ਚੰਗੀ ਗੱਲ ਆ, ਅਤੇ ਉੱਦਾਂ ਤਾਂ ਕਈਆਂ ਡਾਕਟਰਾਂ ਨੇ ਕਹਿਤਾ ਵੀ ਇਹਦਾ ਇਲਾਜ ਮੁਸ਼ਕਿਲ ਆ, ਪਰ ਮੇਰੇ ਕਹਿੰਦੇ ਵੀ ਨਹੀਂ ਇਹਦਾ ਇਲਾਜ ਨਹੀਂ ਹੁੰਦਾ ਇਹਦਾ। ਅਤੇ ਹੁਣ ਸੜਕੋ ਚੁੱਕੇ ਥੱਲੀ ਨਹੀਂ ਵੀ ਜਾਂਦੀ, ਉਹਦੇ ਕੋਲ ਚੁੱਕੀ ਨਹੀਂ ਜਾਂਦੀ ਹੁਣ, ਉਹਦੇ ਵੀ ਗੋਡੇ ਗਾੜੇ ਦੋ ਲੈ ਪੈਂਦੇ ਆ। ਇਹਦਾ ਵੀ ਕੋਈ ਉਪਰਾਲਾ ਕਰਨ ਦਾ ਵੀ ਚਲੋ ਕੋਈ ਹੋ ਜਾਵੇ ਤਾਂ ਚੰਗਾ ਜੀ ਇਹਦਾ ਗੁੱਡੀ ਦਾ ਵੀ। ਪਿਛਲੇ ਦਿਨ ਇੱਕ ਸਾਨੂੰ ਵੀਡੀਓ ਮਿਲੀ ਸੀਗੀ, ਜਿਹਦੇ ਵਿੱਚ ਕਿਸੇ ਨੇ ਉਹ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਇੱਕ ਛੋਟੀ ਬੱਚੀ ਆ ਜਿਹਨੂੰ ਕਿ ਬਜ਼ੁਰਗ ਜੋੜਾ ਜਿਹੜਾ ਵਾ ਉਹ ਆਪਣੇ ਕੋਲ ਰੱਖ ਕੇ ਉਹਦੀ ਪਾਲਣ ਪੋਸ਼ਣ ਕਰ ਰਿਹਾ, ਅਤੇ ਉਹ ਬੱਚੀ ਜਿਹੜੀ ਆ ਉਹ ਨਾ ਰਿੜ ਸਕਦੀ ਆ, ਨਾ ਚੱਲ ਸਕਦੀ ਆ, ਨਾ ਉਹ ਪੈਰਾਂ ਸਿਰ ਖੜ੍ਹੀ ਹੋ ਸਕਦੀ। ਅਤੇ ਉਹ ਬੱਚੀ ਦੇ ਜਿਹੜੇ ਹੱਥ ਪੈਰ ਮੁੜੇ ਹੋਏ ਸੀਗੇ, ਅਤੇ ਅਸੀਂ ਜਦੋਂ ਉੱਥੇ ਗਏ ਸੀ ਅਤੇ ਜਾ ਕੇ ਦੇਖਿਆ ਕਿ ਉਹਨਾਂ ਦਾ ਜਿਹੜਾ ਘਰ ਸੀਗਾ ਉਹ ਆਮ ਫਰਸ਼ ਨੂੰ ਬਹੁਤ 3-4 ਫੁੱਟ ਨੀਵਾਂ ਸੀਗਾ, ਅਤੇ ਉਹਨਾਂ ਦਾ ਜਿਹੜਾ ਘਰ ਸੀਗਾ ਉਹ ਵੀ ਕਹਿੰਦੇ ਚੌਂਦਾ ਮੀਂਹਾਂ ਦੇ ਦਿਨਾਂ ਵਿੱਚ, ਅਤੇ ਇੱਕ ਜਿਹੜਾ ਬਾਹਰ ਦਾ ਵਿਹੜੇ ਦਾ ਪਾਣੀ ਆ ਉਹ ਜਦੋਂ ਵੀ ਮੀਂਹ ਪੈਂਦਾ ਅਤੇ ਰੁੜ ਕੇ ਅੰਦਰ ਆਉਂਦਾ, ਅਤੇ ਜਦੋਂ ਮੀਂਹ ਆਉਂਦਾ ਅਤੇ ਮਾਤਾ ਅੰਦਰ ਬੈਠ ਕੇ ਉਹ ਤਰਪਾਲ ਲੈ ਕੇ ਬੈਠਦੇ ਆ ਬੱਚੇ ਨੂੰ ਅਤੇ ਉਹ ਬਜ਼ੁਰਗ ਨੂੰ ਉਹ ਰੱਖਦੇ ਉਹ ਤਰਪਾਲ ਦੇ ਹੇਠਾਂ, ਅਤੇ ਜਦੋਂ ਵੀ ਉਹ ਕੋਸ਼ਿਸ਼ ਕਰਦੇ ਆ ਵੀ ਜਦੋਂ ਮੀਂਹ ਹਟੇਗਾ ਉਦੋਂ ਅਸੀਂ ਰੋਟੀ ਪਾਣੀ ਖਾਵਾਂਗੇ ਅਤੇ ਪਕਾਵਾਂਗੇ। ਮਾਤਾ ਬਜ਼ੁਰਗ ਅਵਸਥਾ ਦੇ ਵਿੱਚ ਆਪ ਮਿਹਨਤ ਮਜ਼ਦੂਰੀ ਕਰਕੇ, ਕਿਉਂਕਿ ਜਿਹੜੇ ਬਜ਼ੁਰਗ ਨੇ ਉਹ ਪਿਛਲੇ 5 ਸਾਲਾਂ ਤੋਂ ਮੰਜੇ ਦੇ ਉੱਪਰ ਨੇ, ਅਤੇ ਉਹਨਾਂ ਦੇ ਜਿਹੜੀ ਬਿਮਾਰੀ ਆ ਉਹ ਵੱਧਦੀ ਜਾ ਰਹੀ ਆ, ਉਹ ਚੱਲ ਫਿਰ ਨਹੀਂ ਸਕਦੇ, ਅਤੇ ਜਿਹੜੀ ਮਾਤਾ ਵਾ ਉਹ 100-150 ਰੁਪਇਆ ਕਦੀ ਲੈ ਕੇ ਆਉਂਦੀ ਆ, ਅਤੇ 100-150 ਰੁਪਏ ਵਿੱਚ ਰੋਟੀ ਪਾਣੀ ਵੀ ਪਕਾਉਂਦੀ ਆ ਖਵਾਉਂਦੀ ਆ, ਅਤੇ ਬੱਚੇ ਨੂੰ ਦਵਾ ਦਾਰੂ ਵੀ ਕਰਦੀ ਆ। ਅਤੇ ਜਿਹੜਾ ਇਹ ਇੱਕ ਉਪਰਾਲਾ ਵਾ ਅਸੀਂ ਸੰਗਤਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਸ ਬੇਟੀ ਦਾ ਪਾਲਣ ਪੋਸ਼ਣ ਪਰਵਰਿਸ਼ ਅਤੇ ਉਹਨੂੰ ਰਹਿਣ ਬਸੇਰਾ, ਅਤੇ ਉਹਦਾ ਜੇ ਪੜ੍ਹਾਈ ਲਿਖਾਈ ਦਾ ਜੇ ਕੋਈ ਦਾਨੀ ਸੱਜਣ ਸੇਵਾ ਉਠਾ ਸਕਦਾ ਹੋਵੇ ਅਤੇ ਉਹ ਅੱਗੇ ਆ ਕੇ ਉਸ ਬੇਟੀ ਨੂੰ ਨਾਲ ਲਿਜਾਵੇ ਅਤੇ ਆਪਣੇ ਜਿਹੜੇ ਰਹਿਣ ਬਸੇਰੇ ਵਿੱਚ ਰੱਖੇ ਅਤੇ ਉਹਦਾ